ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ GK YouTube ਚੈਨਲ। ਇਹ ਕਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲਾਲ ਬਹਾਦਰ ਸ਼ਾਸਤਰੀ ਦੀ ਹੈ। ਉਹਨਾਂ ਨੇ 5,000 ਰੁਪਇਆ ਲੋਨ ਲੈ ਕੇ ਖਰੀਦੀ ਸੀ। ਫੀਐਟ ਕਾਰ ਦੀ ਕੀਮਤ ਉਸ ਸਮੇਂ 12,000 ਹੁੰਦੀ ਸੀ, ਪਰ ਪ੍ਰਧਾਨ ਮੰਤਰੀ ਦੇ ਖਾਤੇ ਵਿੱਚ ਸਿਰਫ 7,000 ਰੁਪਏ ਸਨ। ਉਹਨਾਂ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਕਾਰ ਖਰੀਦਣ ਲਈ 5,000 ਰੁਪਏ ਦਾ ਲੋਨ ਲਿਆ ਸੀ ਅਤੇ 1 ਸਾਲ ਬਾਅਦ ਲੋਨ ਅਦਾ ਕਰਨ ਤੋਂ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਨੇ ਸਰਕਾਰ ਵੱਲੋਂ ਲੋਨ ਮਾਫ਼ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਹਨਾਂ ਦੀ ਪਤਨੀ ਲਲਿਤਾ ਸ਼ਾਸਤਰੀ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਹਨਾਂ ਦੀ ਮੌਤ ਤੋਂ 4 ਸਾਲ ਬਾਅਦ ਤੱਕ ਆਪਣੀ ਪੈਨਸ਼ਨ ਵਿੱਚੋਂ ਲੋਨ ਦੀਆਂ ਕਿਸ਼ਤਾਂ ਭਰ ਕੇ ਕਾਰ ਨੂੰ ਕਰਜ਼ਾ ਮੁਕਤ ਕੀਤਾ ਸੀ। ਅਗਰ ਸੋਚਿਆ ਜਾਵੇ ਤਾਂ ਉਸ ਟਾਈਮ ਦੇ ਜੋ ਲੀਡਰ ਸੀ ਉਹਨਾਂ ਦੀ ਇਮਾਨਦਾਰੀ ਅੱਜ ਵੀ ਇਸ ਤਰ੍ਹਾਂ ਬਰਕਰਾਰ ਰਹਿੰਦੀ ਤਾਂ ਦੇਸ਼ ਨੂੰ ਐਸੇ ਹਾਲਾਤਾਂ ਵਿੱਚ ਨਾ ਗੁਜ਼ਰਨਾ ਪੈਂਦਾ। ਦੋਸਤੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੀਡਰਾਂ ਤੀਕਰ ਇੱਦਾਂ ਦੀ ਇਮਾਨਦਾਰੀ ਲੀਡਰਾਂ ਦੇ ਕੰਨਾਂ ਤੀਕਰ ਪਹੁੰਚ ਜਾਵੇ।